ਐਗਸਟ੍ਰੀਡ ਇੰਸਟੀਚਿਊਟ ਪੋਲ ਦੇ ਅਨੁਸਾਰ ਪ੍ਰੀਮੀਅਰ ਡੇਵਿਡ ਈਬ ਅਜੇ ਵੀ ਲੋਕਾਂ ਦੀ ਪਸੰਦੀਦਾ ਪਾਰਟੀ ਬਣੇ ਹੋਏ ਨੇ ਕਿਵਨ ਫਾਲਕਨ ਤੋਂ ਇਹ ਬਹੁਤ ਅੱਗੇ ਹੈ ਮੁੱਖ ਮੁੱਦਿਆਂ ਦੇ ਨਾਲ ਨਜ਼ਿਠਣ ਕਾਰਨ ਇਹ ਪਾਰਟੀ ਸਭ ਦੀ ਹਰਮਨ ਪਿਆਰੀ ਬਣੀ ਹੈ ਹਾਲਾਂਕਿ ਜ਼ਿਆਦਾਤਰ ਉੱਤਰਦਤਾਵਾਦਾ ਕਰਨ ਦੇ ਬਾਵਜੂਦ ਵੀ ਉਹ ਮਹਿਸੂਸ ਨਹੀਂ ਕਰਦੇ ਕਿ ਸੁਭਾਈ ਸਰਕਾਰ ਨੇ ਰਹਿਣ ਸਹਿਣ ਦੀ ਲਾਗਤ ਤੇ ਸਿਹਤ ਦੇਖਭਾਲ ਦੀ ਪਹੁੰਚ ਸਟਰੀਟ ਕਰਾਈਮ ਕਲਾਈਮੇਟ ਚੇਂਜ ਦੇ ਵਿੱਚ ਸੁਧਾਰ ਕੀਤਾ ਹੈ ਫਿਰ ਵੀ ਪੋਲ ਐਨਡੀਪੀ ਦੇ ਹੱਕ ਦੇ ਵਿੱਚ ਜਾ ਰਹੇ ਨੇ ਹਾਲ ਹੀ ਦੇ ਵਿੱਚ ਹੋਈ ਪੋਲਿੰਗ ਵਿੱਚ ਵੀ ਸੀ ਪ੍ਰੀਮੀਅਰ ਡੇਵਿਡ ਈਬ ਅਕਤੂਬਰ ਦੇ ਵਿੱਚ ਵਾਲੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਵਿਕਲਪ ਬਣੇ ਹੋਏ ਨੇ ਐਂਗਸਟਰੇਡ ਇੰਸਟੀਚਿਊਟ ਦੀ ਰਿਪੋਰਟ ਹੈ ਕਿ BC NDP ਨੇ ਮੌਜੂਦਾ ਸਮੇਂ ਵਿੱਚ BC ਦੇ 43% ਦੀ ਵੋਟ ਇਰਾਦੇ ਨੂੰ ਬਰਕਰਾਰ ਰੱਖਿਆ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਤੇ BC ਯੂਨਾਈਟਿਡ ਸਿਰਫ 22% ਦੇ ਹੀ ਰਹੇ ਹਾਲਾਂਕਿ ਪੋਲਿੰਗ ਕਰਨ ਵਾਲਿਆਂ ਨੇ ਅਜੇ ਵੀ NDP ਸਰਕਾਰ ਦੀ ਹਾਲੀਆ ਕਾਰਗੁਜ਼ਾਰੀ ਤੋਂ ਆਪਣੀ ਨਾਖੁਸ਼ੀ ਦੀ ਰਿਪੋਰਟ ਕੀਤੀ ਇਸ ਨੂੰ ਸਿਹਤ ਦੇਖਪਾਲ ਰਹਿਣ ਸਹਿਣ ਦੀ ਲਾਗਤ ਤੇ ਰਿਹਾਇਸ਼ ਵਰਗੇ ਪ੍ਰਮੁੱਖ ਮੁੱਦਿਆਂ ਤੇ ਮਾੜੀ ਕਾਰਗੁਜ਼ਾਰੀ ਦਾ ਦਰਜਾ ਦਿੱਤਾ ਹੈ ਇਹ ਨਤੀਜੇ 28 ਫਰਵਰੀ ਤੇ 6 ਮਾਰਚ ਦੇ ਵਿਚਾਰ ਸੰਸਥਾ ਦੁਆਰਾ ਕਰਵਾਏ ਗਏ ਇੱਕ ஆன்ਲਾਈਨ ਸਰਵੇਖਣ ਤੋਂ ਆਏ ਨੇ ਐਂਗਸਟਰੀਟ ਫੋਰਮ ਦੇ ਮੈਂਬਰ 809 ਬੀਸੀ ਦੇ ਬਾਲਗਾਂ ਦੇ ਇੱਕ ਬੇਤਰਤੀਬੇ ਨਮੂਨੇ ਦੀ ਚੋਣ ਕੀਤੀ ਗਈ ਸੀ ਲੋਰਮਿੰਡ ਲੈਂਡ ਫਰੇਜ਼ਰ ਵੈਲੀ ਖੇਤਰ ਪ੍ਰੋਵਿੰਸ ਵਿੱਚ ਸਭ ਤੋਂ ਵੱਧ ਪ੍ਰਤੀਯੋਗੀ ਪਾਇਆ ਗਿਆ ਸੀ ਜਿਸ ਵਿੱਚ ਬੀਸੀ ਐਨਡੀਪੀ ਨੇ ਸਮਰਥਨ ਦੇ ਮਾਮਲੇ ਵਿੱਚ ਕੰਜ਼ਰਵੇਟਿਵਾਂ ਨਾਲੋਂ 6 ਫੀਸਦੀ ਦੀ ਲੀਡ ਹਾਸਲ ਕੀਤੀ ਸੀ ਬੀਸੀ ਯੂनाइटेड ਤੀਜੇ ਸਥਾਨ ਤੇ ਕਰੀਬ 2 ਫੀਸਦੀ ਪਿੱਛੇ ਹੈ ਇਸ ਦੌਰਾਨ ਬੀਸੀ ਐਨਡੀਪੀ ਕੋਲ ਮੈਟਰੋ ਵੈਂਕੂਵਰ ਵਿੱਚ ਮਜ਼ਬੂਤ ਲੀਡ ਹੈ ਜਿੱਥੇ ਅੱਧੇ ਵੋਟਰਾਂ ਨੇ ਕਿਹਾ ਹੈ ਕਿ ਉਹ ਈਬੀ ਦੀ ਪਾਰਟੀ ਨੂੰ ਵੋਟ ਪੌਂ ਦਾ ਇਰਾਦਾ ਰੱਖਦੇ ਨੇ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਵੋਟਰਾਂ ਨੇ ਬੀਸੀ ਐਂਡੀਪੀ ਨੂੰ ਸਿਹਤ ਦੇਖਭਾਲ ਮਹਿੰਗਾਈ ਤੇ ਰਿਹائش ਵਰਗੇ ਮੁੱਦਿਆਂ ਨੂੰ ਸੰਭਾਲਣ ਲਈ ਸਭ ਤੋਂ ਉਕੂਲ ਪਾਰਟੀ ਵਜੋਂ ਚੁਣਿਆ ਹੈ ਹਾਲਾਂਕਿ ਜਨਤਕ ਸੁਰੱਖਿਆ ਤੇ ਜਲਵਾਯੂ ਪਰਿਵਰਤਨ ਦੀ ਗੱਲ ਆਉਂਦੀ ਹੈ ਤਾਂ ਵੋਟਰ ਭਰੋਸਾ ਕਰਦੇ ਨੇ ਕਿ ਕੋਈ ਵੀ ਪ੍ਰਮੁੱਖ ਸਿਆਸੀ ਪਾਰਟੀਆਂ ਚੰਗਾ ਕੰਮ ਨਹੀਂ ਕਰਨਗੀਆਂ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ ਅੱਧੇ ਤੋਂ ਵੱਧ ਨੇ ਕਿਹਾ ਹੈ ਕਿ ਉਹ ਇੱਕ ਪਾਰਟੀ ਦਾ ਸਮਰਥਨ ਕਰ ਰਹੇ ਨੇ ਕਿਉਂਕਿ ਉਹ ਸੱਚਮੁੱਚ ਇਸਤੇ ਭਰੋਸਾ ਕਰਦੇ ਨੇ ਜਦੋਂ ਕਿ ਦੂਜੇ ਅੱਧ ਨੇ ਕਿਹਾ ਹੈ ਕਿ ਉਹ ਸਿਰਫ ਇੱਕ ਪਾਰਟੀ ਦਾ ਸਮਰਥਨ ਕਰ ਰਹੇ ਨੇ ਕਿਉਂਕਿ ਉਹ ਦੂਜਿਆਂ ਉਨ੍ਹਾਂ ਦੀ ਨਫ਼ਰਤ ਦੇ ਕਾਰਨ ਇਹ ਸੁਭਾਈ ਚੋਣਾ 19 ਅਕਤੂਬਰ ਨੂੰ ਹੋਣੀਆਂ ਨੇ ਕੈਨੇਡਾ ਵਿੱਚ ਜੰਗਲੀ ਅੱਗਾਂ ਦਾ ਕਹਿਰ ਪਿਛਲੇ ਸਾਲ ਬਹੁਤ ਜ਼ਿਆਦਾ ਰਿਹਾ ਜਿਸ ਨਾਲ ਜਿੱਥੇ ਮਿਲੀਅਨਸ ਆਫ ਡਾਲਰ ਦਾ ਨੁਕਸਾਨ ਹੋਇਆ ਉੱਥੇ ਹੀ ਵਾਤਾਵਰਣ ਤੇ 에ਅਰ ਇੰਡੈਕਸ ਤੇ ਵੀ ਇਸ ਦਾ ਅਸਰ ਸਾਫ਼ ਰੂਪ ਵਿੱਚ ਦਿਖਾਈ ਦਿੱਤਾ ਹੈ 에ਅਰ ਇੰਡੈਕਸ ਸੰਬੰਧੀ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਹਵਾ ਗੁਣਵਤਾ ਜੰਗਲੀ ਅੱਗਾਂ ਕਾਰਨ ਅਮਰੀਕਾ ਤੇ ਕੈਨੇਡਾ ਦੇ ਨਾਰਥਰਨ ਇਲਾਕੇ ਦੇ ਵਿੱਚ ਕਾਫੀ ਪ੍ਰਭਾਵ ਰਿਹਾ ਹੈ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਕੁਆਲਿਟੀ ਪਹਿਲੀ ਵਾਰ ਅਮਰੀਕਾ ਦੇ ਮੁਕਾਬਲੇ ਵੀ ਖਰਾਬ ਸਵਿਸ uh, ਕੰਪਨੀ AQRE ਦੀ 2023 ਦੀ ਵਰਲਡ 에ਅਰ ਕੁਆਲਿਟੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਹਵਾ ਦੇ ਗੁਣਵਤਾ ਵਿੱਚ ਗਿਰਾਵਟ ਤੇ ਜੰਗਲੀ ਅੱਗ ਦਾ ਵੱਡਾ ਪ੍ਰਭਾਵ ਸੀ ਇਸ ਸੰਸਾਰੇ 2018 ਦੇ ਵਿੱਚ ਇਸ ਸੰਬੰਧੀ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕੀਤਾ ਸੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਅਮਰੀਕਾ ਤੇ ਕੈਨੇਡਾ ਦੋਵਾਂ ਦੇ ਵਿੱਚ 15 ਸਭ ਤੋਂ ਬਾਅਦ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਕੈਨੇਡਾ ਦੇ 13 ਸ਼ਹਿਰ ਟੌਪ ਤੇ ਰਹੇ ਨੇ ਜਿੱਥੇ ਜੰਗਲੀ ਅੱਗਾਂ ਕਾਰਨ ਹਾਲਾਤ ਜ਼ਿਆਦਾ ਖਰਾਬ ਰਹੇ ਨੇ ਜਿਸ ਵਿੱਚ ਫੋਰਟ ਮੈਕਮਰੇ ਪੀਸ ਰਿਵਰ ਜ਼ਿਆਦਾ ਖਰਾਬ 에ਅਰ ਇੰਡੈਕਸ ਵਾਲੇ ਰਹੇ ਨੇ ਰਿਪੋਰਟ ਵਿੱਚ ਸਰਵੇਖਣ ਕੀਤੇ ਗਏ 144 ਦੀ ਦੇਸ਼ਾਂ ਜਾਂ ਖੇਤਰਾਂ ਵਿੱਚੋਂ 92 ਦੇ ਮੁਕਾਬਲੇ ਕੈਨੇਡਾ ਘੱਟ ਪ੍ਰਦੂਸ਼ਿਤ ਸੀ ਸਭ ਤੋਂ ਖਰਾਬ ਰੈਂਕਿੰਗ ਵਾਲੇ ਬੰਗਲਾਦੇਸ਼ ਦੀ ਉਸਤ ਸਾਲਾਨਾ ਪ੍ਰਦੂਸ਼ਣ ਦਾ 8ਵਾਂ ਹਿੱਸਾ ਕੈਨੇਡਾ ਵਿੱਚ ਰਿਹਾ ਹੈ ਸਿਰਫ 7 ਮੁਲਕਾਂ ਵੱਲ ਵਰਲਡ ਹੈਲਥ ਆਰਗੇਨਾਈਜੇਸ਼ਨ ਮੁਤਾਬਕ ਪ੍ਰਦੂਸ਼ਣ ਸੰਬੰਧੀ ਸਹੀ ਨਿਰੀਖਣ ਕੀਤਾ ਗਿਆ ਹੈ ਰਿਪੋਰਟ ਵਿੱਚ PM 2.5 ਵਜੋਂ ਜਾਣੇ ਜਾਂਦੇ ਪ੍ਰਦੂਸ਼ਣ ਤੇ ਨਿਗਰਾਨੀ ਡੇਟਾ ਨੂੰ ਇਕੱਠਾ ਕੀਤਾ ਗਿਆ ਜੋ ਸੁਖਮ ਕਣ ਇੰਨੇ ਛੋਟੇ ਹੁੰਦੇ ਨੇ ਕਿ ਇਹ ਫੇਫੜਿਆਂ ਵਿੱਚ ਡੂੰਘਾਈ ਤੱਕ ਜਾ ਸਕਦਾ ਹੈ ਤੇ ਮਨੁੱਖੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ ਦੱਸਦੇ ਕਿ ਬੇਸ਼ੱਕ ਕੈਨੇਡਾ ਦੁਨੀਆ ਦੇ ਉਹਨਾਂ ਮੁਲਕਾਂ ਵਿੱਚ ਅੱਜ ਵੀ شمار ਹੈ ਜਿੱਥੇ ਹਵਾ ਪ੍ਰਦੂਸ਼ਣ ਦਾ ਪੱਧਰ ਬਿਹਤਰੀਨ ਹੈ ਪਰ ਜੰਗਲੀ ਅੱਗਾਂ ਦੇ ਖਤਰਿਆਂ ਦੇ ਚਲਦਿਆਂ ਚਿੰਤਾ ਜ਼ਰੂਰ ਹੈ ਕਿਉਂਕਿ ਰਿਪੋਰਟਾਂ ਵਿੱਚ ਬਾਹਰ ਇਹ ਦੱਸ ਰਹੇ ਨੇ ਕਿ ਮੁਲਕ ਦੇ ਬਹੁਤ ਹਿੱਸਿਆਂ ਵਿੱਚ ਇਸ ਵਾਰ ਵੀ ਜੇਕਰ ਮੀਂਹ ਕੱਟ ਪੈਂਦਾ ਹੈ ਤੇ ਗਰਮੀ ਵਾਧੀ ਹੈ ਤਾਂ ਇਸ ਨਾਲ ਜੰਗਲੀ ਅੱਗਾਂ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ ਤੇ ਸਿੱਧੇ ਰੂਪੇ ਚ ਇਸ ਨਾਲ 에ਅਰ ਇੰਡੈਕਸ ਖਰਾਬ ਵੀ ਜ਼ਿਆਦਾ ਹੋਵੇਗਾ ਜਿਸ ਸਬੰਧੀ ਸਰਕਾਰ ਵੱਲੋਂ ਪਹਿਲਾਂ ਹੀ ਜ਼ਿਆਦਾ ਫੰਡਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਕਾਰਨੇ ਕਿਸਾਨਾਂ ਲਈ ਵੀ ਸੋਕੇ ਦੇ ਚਲਦਿਆਂ ਜ਼ਿਆਦਾ ਸਹਾਇਤਾ ਲਾਣੀ ਹੈ ਤੇ ਜੰਗਲੀ ਅੱਗਾਂ ਦੇ ਖਤਰੇ ਦੇ ਚਲਦਿਆਂ ਅਗਾਊ ਕਦਮ ਚੁੱਕੇ ਜਾ ਰਹੇ ਨੇ ਪਰ ਪਿਛਲੇ ਸਾਲ ਅਬਟਾ ਕਯੂਬਿਕ ਅਟਲੈਂਟਿਕ ਕੈਨੇਡਾ ਦੇ ਵਿੱਚ ਵੀ ਜੰਗਲੀ ਅੱਗਾਂ ਦਾ ਕਹਿਰ ਦਿਖਾਈ ਦਿੱਤਾ ਸੀ ਜਿਸ ਦਾ ਵੱਡਾ ਕਾਰਨ ਸੋਕਾ ਹੀ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ